ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਕਾਰ ਤੁਹਾਡਾ ਚੈਨਲ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਆਪਣਾ ਫਤੂਰੋ ਇੰਟਰਨੈਸ਼ਨਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਬਾਕੀ ਜਿਹੜੇ ਚੈਨਲ ਦੇ ਉੱਤੇ ਪਹਿਲੀ ਵਾਰ ਵੀਰ ਆਏ ਹਨ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਿਹੜੀਆਂ ਇਟਲੀ ਦੇ ਨਾਲ ਸਬੰਧਤ ਤੇ ਯੂਰਪ ਦੇ ਨਾਲ ਸਬੰਧਤ ਜਿਹੜੀਆਂ ਖਬਰਾਂ ਹੁੰਦੀਆਂ ਹਨ ਉਹਦਾ ਤੁਹਾਨੂੰ ਜਿਹੜਾ ਅਪਡੇਟ ਸਮੇਂ-ਸਮੇਂ ਦੇ ਉੱਤੇ ਮਿਲਦਾ ਰਹੇ ਹੁਣ ਜਿਹਨਾਂ ਲੋਕਾਂ ਨੇ ਇੰਡੀਆ ਦੇ ਵਿੱਚ ਪੈ ਜੁਰੂ ਦਾ ਰੇਟ ਜਿਹੜਾ ਇਹ ਕਾਫੀ ਲੰਬੇ ਸਮੇਂ ਤੋਂ ਬਾਅਦ ਜਿਹੜਾ 91 ਰੁਪਏ 14 ਪੈਸੇ ਦੇ ਉੱਤੇ ਆਇਆ ਹੈ। ਮਤਲਬ ਕਿ 91 ਤੋਂ ਉੱਪਰ ਜਾ ਚੁੱਕਾ ਹੈ। ਇੰਗਲੈਂਡ ਦਾ 1 ਪਾਉਂਡ 105 ਰੁਪਏ 3 ਪੈਸੇ। ਤੇ ਇਸ ਤੋਂ ਇਲਾਵਾ ਜਿਹੜਾ ਡਾਲਰ ਹੈ ਜੀ ਅਮਰੀਕਾ ਦਾ 1 ਡਾਲਰ। ਇਹਦਾ ਰੇਟ 83 ਰੁਪਏ 36 ਪੈਸੇ ਚੱਲ ਰਿਹਾ ਹੈ। ਬਿਟਕੋਇਨ ਜਿਹੜਾ ਹੌਲੀ-ਹੌਲੀ ਵੱਧਦਾ ਜਾ ਰਿਹਾ 37926 ਡਾਲਰ ਦੇ ਉੱਤੇ ਆ ਚੁੱਕਾ ਹੈ। ਬਾਕੀ ਨੈਕਸਟ ਅਪਡੇਟ ਦੇ ਉੱਤੇ ਚੱਲਦੇ ਨੇ। ਨੈਕਸਟ ਅਪਡੇਟ ਇਸ ਤਰ੍ਹਾਂ ਹੈ ਕਿ ਸੋਸ਼ਲ ਮੀਡੀਆ ਇਸ ਉੱਤੇ ਬਹੁਤ ਸਾਰੀਆਂ ਜਿਹੜੀਆਂ ਕੰਪਨੀਆਂ ਹਨ ਜੀ ਕੰਮ ਕਰਦੀਆਂ ਹਨ ਬਹੁਤ ਸਾਰੀਆਂ ਜਿਹੜੀਆਂ মিডিਆ ਕੰਪਨੀਆਂ ਹਨ ਉਹ ਕੰਮ ਕਰਦੀਆਂ ਹਨ ਪਰੰਤੂ ਹੁੰਦਾ ਕੀ ਸੀ ਕਿ ਸੋਸ਼ਲ ਮੀਡੀਆ ਉੱਤੇ ਅਗਰ ਕਿਸੇ ਬੰਦੇ ਨੂੰ ਕੋਈ ਪ੍ਰੋਬਲਮ ਹੁੰਦੀ ਸੀ ਉਹਨਾਂ ਦੇ ਕੰਟੈਂਟ ਤੋਂ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਤੇ ਉਹ ਬੰਦਾ ਜਿਹੜਾ ਸੀ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਨਹੀਂ ਕਰਵਾ ਸਕਦਾ ਸੀ ਪਰੰਤੂ ਹੁਣ ਜਿਹੜਾ ਹੈ ਜੀ ਇਹਦੇ ਉੱਤੇ ਐਫ ਆਈ ਆਰ ਹੋ ਸਕਦੀ ਹੈ ਜੇ ਕੋਈ ਵੀ ਕੰਪਨੀ ਜਿਹੜੀ ਆਈਟੀ ਨਿਯਮਾਂ ਦੀ ਉਲੰਘਣਾ ਕਰਦੀ ਹੈ ਤਾਂ ਕੋਈ ਵੀ ਜਿਹੜਾ ਨਾਗਰਿਕ ਹੈ ਜੀ ਉਹਨਾਂ ਦੇ ਖਿਲਾਫ ਐਫ ਆਈ ਆਰ ਦਰਜ ਜੀ ਕਰਵਾ ਸਕਦਾ ਹੈ ਇਹ ਜਿਹੜੀ ਸਹੂਲਤ ਜੀ ਫਿਲਹਾਲ ਇੰਡੀਆ ਦੇ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ ਸਰਕਾਰ ਜਿਹੜੀ ਹੈ ਇਹਦੇ ਵਿੱਚ ਆਪਣਾ ਯੋਗਦਾਨ ਦੇਵੇਗੀ ਐਫਆਈ ਕਰਵਾਉਣ ਦੇ ਵਿੱਚ ਹੌਲੀ-ਹੌਲੀ ਇਹ ਜਿਹੜਾ ਨਜ਼ਮਾ ਜੀ ਬਾਕੀ ਦੇਸ਼ਾਂ ਵਿੱਚ ਵੀ ਹੋ ਸਕਦਾ ਹੈ ਬਾਕੀ ਗੱਲ ਕਰਦੇ ਹਾਂ ਕਿ ਅੱਜਕੱਲ ਦੇ ਦੌਰ ਦੇ ਵਿੱਚ ਕੋਈ ਵੀ ਜਿਹੜਾ ਦੇਸ਼ ਹੈ ਉਹ ਹੀ ਚਾਹੁੰਦਾ ਹੈ ਕਿ ਉਹਦੇ ਦੇਸ਼ ਦੇ ਵਿੱਚ ਜਿਆਦਾ ਜਿਹੜੇ ਨਾਗਰਿਕ ਆਉਣ ਐਜ਼ ਅ ਟੂਰਿਸਟ ਜਿਹਦੇ ਨਾਲ ਕੀ ਹੁੰਦਾ ਹੈ ਕਿ ਜਿਹੜੀ ਉਹਨਾਂ ਦੀ ਸਰਕਾਰਾਂ ਦੀ ਆਮਦਨ ਵਧਦੀ ਹੈ ਹੁਣ ਜਿਹੜੇ ਕੁਝ ਇਹੋ ਜਿਹੇ ਦੇਸ਼ ਜਿਹੜੇ ਕਿ ਪਹਿਲਾਂ ਬਹੁਤ ਦੁਨੀਆਬਾਹਰੀ ਦੁਨੀਆ ਦੇ ਨਾਲ ਬਿਲਕੁਲ ਜਿਹੜੇ ਬੰਦ ਹੁੰਦੇ ਸਨ ਉਹ ਦੇਸ਼ਾਂ ਨੇ ਵੀ ਆਪਣੇ ਜਿਹੜੇ ਬਾਰਡਰ ਹਨ ਖੋਲੇ ਹਨ ਹੁਣ ਆਪਾਂ ਗੱਲ ਕਰ ਰਹੇ ਆਂ ਇਟਲੀ ਦੀ ਜਿਹੜੇ ਲੋਕ ਇਟਲੀ ਦੇ ਵਿੱਚ ਰਹਿੰਦੇ ਹਨ ਫਰਾਂਸ ਦੇ ਵਿੱਚ ਰਹਿੰਦੇ ਹਨ ਜਰਮਨ ਦੇ ਵਿੱਚ ਰਹਿੰਦੇ ਹਨ ਨੀਦਰਲੈਂਡ ਜਿਸ ਨੂੰ ਤੁਸੀਂ ਹਾਲੈਂਡ ਦੇ ਨਾਮ ਦੇ ਨਾਲ ਵੀ ਜਾਣਦੇ ਹੋ ਜਾਂ ਫਿਰ ਸਪੇਨ ਤੇ ਇੱਕ ਦੇਸ਼ ਵੱਖਰਾ ਹੈ ਜੀ ਮਲੇਸ਼ੀਆ ਜਿਹੜੇ ਤੁਹਾਨੂੰ ਪਹਿਲੇ ਪੰਜ ਦੇਸ਼ ਦੱਸਿਆ ਨੇ ਇਹ ਯੂਰਪ ਦੇ ਦੇਸ਼ਾਂ ਤੇ ਮਲੇਸ਼ੀਆ ਜਿਹੜਾ ਹੈ ਜੀ ਇਹ ਇੰਡੋਨੇਸ਼ੀਆ ਵਾਲੇ ਪਾਸੇ ਪੈਂਦਾ ਹੈ ਜੇ ਇਹਨਾਂ ਦੇਸ਼ਾਂ ਦੇ ਵਿੱਚ ਕੋਈ ਵੀ ਬੰਦਾ ਰਹਿਣ ਵਾਲਾ ਜਿਹੜਾ ਕਿ ਇਹਨਾਂ ਦੇਸ਼ਾਂ ਦਾ ਨਾਗਰਿਕ ਹੋਵੇ ਉਹ ਹੁਣ ਜਦੋਂ ਵੀ ਚਾਹੇ ਚਾਈਨਾ ਦੇ ਵਿੱਚ ਜਾ ਸਕਦਾ ਹੈ ਪਰੰਤੂ ਮੈਕਸਿਮਮ ਜਿਹੜਾ ਹੈ ਜੀ 15 ਦਿਨਾਂ ਦੇ ਵਾਸਤੇ ਹੀ ਉੱਥੇ ਜਿਹੜਾ ਐਂਟਰੀ ਕਰ ਸਕਦਾ ਹੈ ਉਸ ਨੂੰ ਕਿਸੇ ਵੀ ਵੀਜ਼ੇ ਦੀ ਲੋੜ ਨਹੀਂ ਪਵੇਗੀ ਪਹਿਲੀ ਦਸੰਬਰ ਤੋਂ ਜਿਹੜਾ ਇਹ ਕੰਮ ਹੋ ਰਿਹਾ ਹੈ ਅੱਜ ਜਿੱਦਾਂ ਕਿ 25 ਨਵੰਬਰ ਹੋ ਚੁੱਕੇ ਤੇ ਅੱਜ ਤੋਂ ਤਕਰੀਬਨ 5 ਦਿਨ ਬਾਅਦ ਸੋ ਜਿਹੜੀ ਇਹ ਸਹੂਲਤ ਹੈ ਜੀ 6 ਦੇਸ਼ਾਂ ਦੇ ਵਾਸਤੇ ਸ਼ੁਰੂ ਕਰ ਦਿੱਤੀ ਗਈ ਹੈ ਵੀਜ਼ਾ ਮੁਕਤ ਐਂਟਰੀ ਵੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਹੁਣ ਜਿਹੜੀ ਤੁਹਾਨੂੰ ਨੈਕਸਟ ਖਬਰ ਦੱਸਣ ਜਾ ਰਹੇ ਹਾਂ ਉਹਦੇ ਨਾਲ ਸੁਣ ਕੇ ਹੋ ਸਕਦਾ ਕਿ ਤੁਹਾਨੂੰ ਇੱਕ ਜਿਹੜਾ ਝਟਕਾ ਵੀ ਲੱਗੇ ਅਚੰਭਾ ਵੀ ਹੋਵੇ ਕਿ ਇੰਜ ਕਿਵੇਂ ਹੋ ਸਕਦਾ ਹੈ ਹੁਣ ਤੁਸੀਂ ਜੇ ਇਟਲੀ ਦੇ ਵਿੱਚ ਕੰਮ ਕਰਦੇ ਹੋ ਤੁਹਾਨੂੰ ਪਤਾ ਹੈ ਕਿ ਇੱਥੇ ਜਿਹੜਾ ਇੰਡੀਅਨ ਕਰੰਸੀ ਦੇ ਵਿੱਚ ਤੁਸੀਂ ਕਿੰਨਾ ਪੈਸਾ ਕਮਾ ਸਕਦੇ ਹੋ ਜੇ ਸਾਡਾ ਕੋਈ ਵੀਰ ਤਕਰੀਬਨ ਜੇ 2000 ਯੂਰੋ ਵੀ ਮਹੀਨੇ ਦਾ ਕਮਾਉਂਦਾ ਹੈ ਤਕਰੀਬਨ 1.80 ਕ ਹਜ਼ਾਰ ਡੇਢ ਲੱਖ ਜਾਂ ਫਿਰ ਕੋਈ ਵੀਰ ਲੱਖ ਮਤਲਬ ਕਿ ਲੱਖ ਤੋਂ ਲੈ ਕੇ 2 ਕ ਲੱਖ ਤੱਕ ਦੀ ਜਿਹੜੀ ਕਮਾਈ ਇਟਲੀ ਦੇ ਵਿੱਚ ਬੰਦਾ ਕਰਦਾ ਹੈ ਤੇ ਇਦਾਂ ਹੀ ਜਿਹੜੇ ਯੂਰਪ ਦੇ ਬਾਕੀ ਦੇਸ਼ ਹਨ ਹੁਣ ਜੇ ਆਪਾਂ ਸਪੇਨ ਪੁਰਤਗਾਲ ਦੀ ਗੱਲ ਕਰੀ ਤਾਂ ਉਹਨਾਂ ਦੇਸ਼ਾਂ ਵਿੱਚ ਜਿਹੜੀ ਕਮਾਈ ਹੈ ਜੀ ਇਸ ਤੋਂ ਵੀ ਘੱਟ ਹੈ ਇਟਲੀ ਤੋਂ ਵੀ ਉੱਥੇ तकरीबन ਲੱਖ ਰੁਪਈਆ ਜਿਹੜਾ ਇੰਡੀਆ ਦਾ ਬੜੀ ਮੁਸ਼ਕਲ ਦੇ ਨਾਲ ਬੰਦਾ ਕਮਾਉਂਦਾ ਹੈ ਕਈ ਤਾਂ 60 70 ਹਜ਼ਾਰ ਤੱਕ ਹੀ ਪਹੁੰਚਦੇ ਹਨ ਹੁਣ ਇੱਕ ਯੂਰਪੀ ਦੇਸ਼ ਇਹੋ ਜਿਹੇ ਦੇਸ਼ ਜਿਸ ਨੇ ਇੱਕ ਨਵਾਂ ਐਲਾਨ ਕਰ ਦਿੱਤਾ ਜਿਹੜੀ ਤਨਖਾਹ ਹੈ ਜੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਪਹਿਲਾਂ ਜਿਹੜੀ ਤਨਖਾਹ ਹੈ ਜੀ ਤੁਹਾਨੂੰ ਉਹਦੇ ਨਾਲ ਹੀ ਸਬੰਧਤ ਜਾਣਕਾਰੀ ਦਈਏ ਇੰਡੀਅਨ ਕਰੰਸੀ ਦੇ ਵਿੱਚ ਜਿਹੜੀ 31 ਲੱਖ ਰੁਪਏ ਸੈਲਰੀ ਬਣਦੀ ਹੈ ਜਿਹੜੀ ਘੱਟੋ ਘੱਟ ਹੈ ਜੀ ਜੇ ਆਪਾਂ ਇਹਨੂੰ ਯੂਕੇ ਦਾ ਜਿਹੜਾ ਪੌਂਡ ਹੈ ਜੀ ਉਹਦੇ ਅਨੁਸਾਰ ਦੇਖੀ ਤਾਂ 30 ਹਜ਼ਾਰ ਪੌਂਡ ਪਰ ਮਹੀਨਾ ਇਥੇ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਪ੍ਰਤੀ ਮਹੀਨਾ ਨਾ ਕਿ ਸਾਲ ਦਾ ਇਹ ਜਿਹੜੀ ਘੋਸ਼ਣਾ ਕੀਤੀ ਗਈ ਹੈ ਯੂਕੇ ਦੇ ਵੱਲੋਂ ਕੀਤੀ ਗਈ ਹੈ ਉਹ ਕਹਿੰਦਾ ਹੈ ਕਿ ਯੂਕੇ ਕਹਿ ਰਿਹਾ ਹੈ ਕਿ 30000 ਪਾਉਂਡ ਜਿਹੜੀ ਪਰ ਮੰਥ ਜਿਹੜੀ ਸੈਲਰੀ ਹੋਵੇਗੀ ਮਿਨੀਮਮ ਸੈਲਰੀ ਹੁਣ ਇਹ ਹੋਵੇਗੀ ਕਿਹਨਾਂ ਦੇ ਵਾਸਤੇ ਜਿਹੜੇ ਵਿਦੇਸ਼ੀ ਲੋਕ ਹਨ ਜਿਨ੍ਹਾਂ ਦੇ ਕੋਲ ਕੋਈ ਹੁਨਰ ਹੈ ਹੁਨਰਮੰਦ ਕਾਰੀਗਰ ਆਪਾਂ ਇਹਨਾਂ ਨੂੰ ਕਹਿ ਸਕਦੇ ਜਾਂ ਕੰਮੇ ਕਹਿ ਸਕਦੇ ਹਾਂ ਤੇ ਇਹ ਵੀ ਦੱਸਦੇ ਕਿ ਇੱਕ ਸਾਲ ਦੇ ਵਿੱਚ ਯੂਕੇ ਦਾ ਕਹਿਣਾ ਹੈ ਕਿ ਵੱਧ ਤੋਂ ਵੱਧ ਜਿਹੜਾ 5 ਲੱਖ ਵਿਦੇਸ਼ੀ ਬੰਦਾ ਹੈ ਜੀ ਉਹਨਾਂ ਨੂੰ ਆਉਣ ਦੀ ਇਜਾਜ਼ਤ ਯੂਕੇ ਦੇ ਵਿੱਚ ਦਿੱਤੀ ਜਾਵੇਗੀ ਮਤਲਬ 5 ਲੱਖ ਤੋਂ ਜ਼ਿਆਦਾ ਬੰਦਿਆਂ ਦੀ ਜਿਹੜੀ ਐਂਟਰੀ ਸਾਲ ਦੇ ਵਿੱਚ ਨਹੀਂ ਕੀਤੀ ਜਾਵੇਗੀ ਬਾਕੀ ਇੰਗਲੈਂਡ ਦੇ ਵਿੱਚ ਪਿਛਲੇ ਜੂਨ 2022 ਤੋਂ ਲੈ ਕੇ ਜੂਨ 2023 ਤੱਕ ਤਕਰੀਬਨ ਪੌਣੇ 7 ਲੱਖ ਬੰਦਾ ਜਿਹੜਾ ਹੈ ਜੀ ਐਂਟਰੀ ਕਰ ਚੁੱਕਾ ਹੈ ਹੁਣੇ ਜੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿੱਦਾਂ ਕਿ ਜਿਹੜੀ ਇੰਜੀਨੀਅਰਿੰਗ ਜਿਨ੍ਹਾਂ ਨੇ ਕੀਤੀ ਹੈ ਸਿਵਲ ਹੋਵੇ ਮਕੈਨੀਕਲ ਹੋਵੇ ਜਾਂ ਇਲੈਕਟ੍ਰੀਕਲ ਹੋਵੇ ਜਾਂ ਇਲੈਕਟ੍ਰੋਨਿਕਸ ਜਾਂ ਫਿਰ ਡਿਜ਼ਾਈਨ ਡਿਵੈਲਪਮੈਂਟ ਦਾ ਜੋ ਤਾਂ ਕਿ ਇੰਜੀਨੀਅਰਿੰਗ ਵਗੈਰਾ ਕਿਸੇ ਨੇ ਕੀਤੀ ਹੈ ਇਹਨਾਂ ਚੀਜ਼ਾਂ ਦੀ ਜਿਹੜੀ ਯੂਕੇ ਦੇ ਵਿੱਚ ਬਹੁਤ ਜ਼ਿਆਦਾ ਮੰਗ ਹੈ। ਨਾਲ ਹੀ ਜਿਹੜੇ ਆਰਕੀਟੈਕਟਸ ਵਗੈਰਾ ਤੇ ਸਿਸਟਮ ਡਿਜ਼ਾਈਨਰ ਹਨ ਇਹਨਾਂ ਦੀ ਵੀ ਉੱਥੇ ਜਿਹੜੀ ਭਾਰੀ ਮੰਗ ਹੈ। ਗੱਲ ਕਰ ਲਈਏ ਇੱਕ ਵੀਰ ਨੇ ਪੁੱਛਿਆ ਕਿ ਜਦੋਂ ਬੰਦਾ ਇੱਕ ਸਾਲ ਵਾਲੇ ਪੇਪਰਾਂ ਦੇ ਉੱਤੇ ਇਟਲੀ ਆਉਂਦਾ ਹੈ ਤਾਂ ਪਰਫੈਕਟੂਰੇ ਦੇ ਵਿੱਚ ਜਿਹੜੀ ਪੁਆਇੰਟਮੈਂਟ ਹੈ ਜੀ ਅੱਜਕੱਲ ਬਹੁਤ ਜ਼ਿਆਦਾ ਲੇਟ ਮਿਲ ਰਹੀ ਹੈ 4-4 5-5 ਮਹੀਨੇ ਵੀ ਜਿਹੜੇ ਲੋਕਾਂ ਨੂੰ ਲੱਗ ਰਹੇ ਹਨ ਉਹ ਜਿਹੜਾ ਬੰਦਾ ਇਹ ਜੀ ਕੰਮ ਕਰ ਸਕਦਾ ਹੈ ਜੇ ਨਹੀਂ ਕਰ ਸਕਦਾ। ਇੱਥੇ ਦੱਸੀਏ ਕਿ ਉਹ ਜਿਹੜਾ ਬੰਦਾ ਇਹ ਜੀ ਕੰਮ ਨਹੀਂ ਕਰ ਸਕਦਾ ਬੇਸ਼ੱਕ ਉਸਦੇ ਪਾਸਪੋਰ ਇੱਕ ਸਾਲ ਦਾ ਵੀਜ਼ਾ ਹੈ ਫਿਰ ਵੀ ਉਹ ਬੰਦਾ ਜਿਹੜਾ ਕੰਮ ਨਹੀਂ ਕਰ ਸਕਦਾ ਕਿਉਂਕਿ ਪਰਫਾ ਤੁਰੇ ਦੇ ਵਿੱਚ ਜਿਹੜੀ ਉਸ ਦੀ ਐਂਟਰੀ ਨਹੀਂ ਹੋਈ ਬਾਕੀ ਕੱਲ ਦੀ ਵੀਡੀਓ ਦੇ ਵਿੱਚ ਪੁੱਛਿਆ ਸੀ ਕਿ ਕੁਝ ਲੋਕਾਂ ਦੀ ਜਿਹੜੀ ਸੈਲਰੀ ਤਕਰੀਬਨ ਕਾਫੀ ਲੋਕਾਂ ਦੀ ਜਿਹੜੀ ਸੈਲਰੀ ਵਧੀ ਹੈ ਇਸ ਮਹੀਨੇ ਤੋਂ ਲੋਕਾਂ ਨੂੰ ਵਧ ਕੇ ਪੈਸੇ ਆਏ ਹਨ ਮੁਹੰਮਦ ਅਮੀਰ ਸਾਹਿਬ ਜਿਹੜੇ ਹਨ ਜੀ ਉਹਨਾਂ ਦਾ ਕਮੈਂਟ ਆਇਆ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਤੁਹਾਡਾ ਧੰਨਵਾਦ ਕਰਦੇ ਹਾਂ ਜੀ ਜਿਹੜੀਆਂ ਤੁਸੀਂ ਇੱਕ ਵਧੀਆ ਖ਼ਬਰਾਂ ਦਿੰਦੇ ਹੋ ਜਿਹਦੇ ਨਾਲ ਲੋਕਾਂ ਨੂੰ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੇ ਕਿਹਾ ਹੈ ਕਿ ਜਿਹੜੀ ਉਹਨਾਂ ਨੂੰ 25 ਯੂਰੋ ਜਿਹੜੇ ਐਕਸਟਰਾ ਮਿਲੇ ਹਨ ਬੂਸ ਮਤਲਬ ਕਿ 25 ਯੂਰੋ ਜਿਹੜੀ ਪਰ ਮਾਂਥ ਉਹਨਾਂ ਦੀ ਸੈਲਰੀ ਵਧੀ ਹੈ। ਇਸੇ ਤਰ੍ਹਾਂ ਹੋਰ ਵੀ ਵੀਰਨ ਜਿਨ੍ਹਾਂ ਦੇ ਕਿਸੇ 13 ਯੂਰੋ ਵਧੇ ਹਨ, ਕਿਸੇ ਦੇ 9 ਯੂਰੋ ਤੇ ਕਿਸੇ ਦੇ 16 ਯੂਰੋ। ਕਿਉਂਕਿ ਜਿਹੜੀ ਬੜੌਤਰੀ ਹੈ ਜੀ ਸੈਲਰੀ ਦੇ ਵਿੱਚ ਹੋਈ ਹੈ ਪਰ ਬਹੁਤ ਥੋੜੀ ਬੜੌਤਰੀ ਹੋਈ ਹੈ। ਬਾਕੀ ਇਸ ਟਾਈਮੇ ਵੀ ਦੱਸ ਜੀ ਕਿ ਜਿਹੜੇ ਘਰਾਂ ਦੇ ਗੈਸ ਦੇ ਬਿਜਲੀ ਦੇ ਬਿੱਲ ਬਹੁਤ ਜ਼ਿਆਦਾ ਆ ਰਹੇ ਹਨ। ਇੱਥੇ ਤੁਹਾਨੂੰ ਆਪਣਾ ਹੀ ਬਿੱਲ ਦੱਸ ਦਿੰਨਾ ਕਿ ਬਿਜਲੀ ਦਾ ਬਿੱਲ ਜਿਹੜਾ ਹੈ ਜੀ 182 ਯੂਰੋ ਮੇਰਾ ਆਪਣਾ ਆਇਆ ਹੈ ਤੇ ਗੈਸ ਦਾ ਬਿੱਲ ਇੱਕ ਮਹੀਨੇ ਦਾ 140 ਯੂਰੋ ਇਹ ਜਿਹੜਾ ਗੈਸ ਦਾ ਬਿੱਲ ਤੁਹਾਨੂੰ ਦੱਸ ਰਿਹਾ ਇੱਕ ਮਹੀਨੇ ਦਾ ਬਿੱਲ ਹੈ ਜੀ ਤੇ ਕੁਝ ਸਮਾਂ ਪਹਿਲਾਂ ਜੇ ਆਪਾਂ ਦੇਖੀ ਤਾਂ ਤਕਰੀਬਨ ਜਿਹੜੇ ਬਿੱਲ ਨਾਰਮਲ ਸਨ 70 ਯੂਰੋ 60 ਯੂਰੋ 40 ਯੂਰੋ ਇਸ ਤਰ੍ਹਾਂ ਆਉਂਦੇ ਸਨ ਤੇ ਅੱਜ ਸਾਡੇ ਆਪਣੇ ਬਿੱਲ ਇਸ ਤਰ੍ਹਾਂ ਆ ਰਹੇ ਹਨ ਤੁਸੀਂ ਜਿਹੜੀ ਕੰਪਨੀ ਕੋਈ ਵੀ ਬਦਲ ਲਵੋ ਪਰੰਤੂ ਜਿਹੜੇ ਬਿੱਲ ਹਨ ਜੀ ਇਸੇ ਤਰ੍ਹਾਂ ਹੀ ਆ ਰਹੇ ਹਨ ਥੋੜਾ 10-21 ਦਾ ਫਰਕ ਇਹਨਾਂ ਦੇ ਵਿੱਚ ਹੋ ਸਕਦਾ ਹੈ ਤੁਹਾਨੂੰ ਪਹਿਲੀ ਵੀਡੀਓ ਵਿੱਚ ਵੀ ਦੱਸਿਆ ਸੀ ਕਿ ਯੂਰਪ ਦੇ ਵਿੱਚ ਜਿਹੜੇ ਲੋਕ ਹੁਣ ਇਸ ਟਾਈਮ ਜੀ ਰਹੇ ਹਨ ਰਹਿ ਰਹੇ ਹਨ ਉਹ ਜਿਹੜੀਆਂ ਕਿਸੇ ਟਾਈਮ ਇਹਨਾਂ ਨੂੰ ਪਹਿਲਾਂ ਸਹੂਲਤਾਂ ਮਿਲਦੀਆਂ ਸਨ ਅੱਜ ਜਿਹੜਾ ਉਹਦੇ ਮੁਕਾਬਕ ਜਿਹੜਾ ਇਹਨਾਂ ਦਾ ਸਟੈਂਡਰਡ ਨਹੀਂ ਹੈ ਜਿਹੜੀ ਪਰਚੇਜ਼ਿੰਗ ਪਾਵਰ ਹੈ ਜੀ ਯੂਰਪ ਦੇ ਵਿੱਚ ਲੋਕਾਂ ਦੀ ਹੁਣ ਘਟਦੀ ਜਾ ਰਹੀ ਹੈ ਮਹਿੰਗਾਈ ਜਿਹੜੀ ਹੈ ਜੀ ਇਹਨਾਂ ਨੂੰ ਵੀ ਪਤਾ ਲੱਗਣ ਸ਼ੁਰੂ ਹੋ ਚੁੱਕਾ ਹੈ ਕਿ ਮਹਿੰਗਾਈ ਕੀ ਹੁੰਦੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਇਹਨਾਂ ਲੋਕਾਂ ਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਹੁੰਦਾ ਸੀ ਕਿ ਮਹਿੰਗਾਈ ਕੀ ਹੁੰਦੀ ਹੈ ਕਿਉਂਕਿ ਸਾਰਾ ਕੁਝ ਜਿਹੜਾ ਸੀ ਥੋੜਾ ਕੰਮ ਕਰਕੇ ਵੀ ਬੜੇ ਗੁਜ਼ਾਰੇ ਆਰਾਮ ਦੇ ਨਾਲ ਲੋਕਾਂ ਦੇ ਚੱਲਦੇ ਸਨ ਪਰੰਤੂ ਹੁਣ ਜਿਹੜੇ ਹਾਲਾਤ ਜਿਹੜੇ ਹਨ ਯੂਰਪ ਬਾਕੀ ਇਟਲੀ ਦੇ ਵਿੱਚ ਜਿਹੜੇ ਇਟਾਲੀਅਨ ਲੋਕਾਂ ਨੇ ਇੱਕ ਚੀਜ਼ ਨੂੰ ਜਿਹੜਾ ਚੰਗੀ ਤਰ੍ਹਾਂ ਜਾਣਦੇ ਹਨ ਇੱਕ ਇੱਥੇ ਕਹਾਵਤ ਹੈ ਕਿ ਇਹ ਤੁਹਾਨੂੰ ਜਿਹੜੀ ਸਰਕਾਰ ਹੈ ਜੀ ਇੱਕ ਹੱਥ ਦੇ ਨਾਲ ਕੋਈ ਚੀਜ਼ ਦਿੰਦੀ ਹੈ ਤੇ ਦੂਜੇ ਹੱਥ ਦੇ ਨਾਲ ਜਿਹੜੀ ਚੀਜ਼ ਉਹ ਵਾਪਸ ਲੈ ਲਈ ਜਾਂਦੀ ਹੈ ਤੇ ਬੰਦੇ ਦੇ ਕੋਲ ਕੀ ਬਚਦਾ ਹੈ ਮਤਲਬ ਕਿ ਤੁਹਾਨੂੰ ਕੋਈ ਦਿੱਤਾ ਤੇ ਦੂਜੇ ਪਾਸਿਓਂ ਕਿਸੇ ਹੋਰ ਤਰੀਕੇ ਨਾਲ ਉਹੀ ਚੀਜ਼ ਜਿਹੜੀ ਵਾਪਸ ਲੈ ਲਈ ਜਿਦਾਂ ਕਿ ਬਹੁਤੇ ਵੀਰਾਂ ਨੂੰ ਪਤਾ ਹੈ ਕਿ ਜਿਹੜੀ ਸੈਲਰੀ ਇਸ ਵਾਰ ਵਧੀ ਹੈ ਉਹਦੇ ਵਿੱਚ ਵੀ ਲੋਕਾਂ ਨੂੰ ਪਤਾ ਹੈ ਕਿ ਕੋਈ ਨਾ ਕੋਈ ਹੋਰ ਟੈਕਸ ਜਿਹੜਾ ਕਿਸੇ ਪਾਸੇ ਵਧ ਜਾਣਾ ਹੈ ਹੋ ਲੋਕ ਜਿਹੜੇ ਹਨ ਇਹਦੇ ਵਿੱਚ ਕੋਈ ਵੀ ਇਹ ਨਹੀਂ ਕਹਿ ਰਿਹਾ ਕਿ ਕੋਈ ਵੱਡੀ ਗੱਲ ਹੈ ਕਿਉਂਕਿ ਇਹ ਇੱਕ ਨਾਰਮਲ ਗੱਲ ਹੈ ਲੋਕ ਇਹ ਵੀ ਕਹਿੰਦੇ ਨੇ ਕਿ ਸਿਰਫ ਜਿਹੜੀ ਮਲੋਨੀ ਸਰਕਾਰੀ ਇਦਾਂ ਨਹੀਂ ਕਰ ਰਹੀ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਹੋ ਰਿਹਾ ਹੈ ਜਿੱਦਾਂ ਕਿ ਇਟਲੀ ਦੇ ਵਿੱਚ ਹੁਣ ਜਿਹੜੇ ਜਿਹੜੇ ਲੋਕ ਪੈਨਸ਼ਨ ਵਗੈਰਾ ਲੈ ਰਹੇ ਹਨ ਇਹਨਾਂ ਦੇ ਵਾਸਤੇ ਇੱਕ ਕਟ ਲੱਗਾ ਹੈ ਮਤਲਬ ਕਿ ਕਟੌਤੀ ਇੰਨਾ ਦੀਕ ਹੋਈ ਹੈ ਪੈਨਸ਼ਨ ਦੇ ਵਿੱਚੋਂ ਜਿਹੜੀ ਐਵਰੇਜ ਨਿਕਲ ਕੇ ਸਾਹਮਣੇ ਆਈ ਹੈ ਪ੍ਰਤੀ ਬੰਦਾ ਪਰ ਪੈਨਸ਼ਨ 2000 ਯੂਰੋ ਦਾ ਜਿਹੜਾ ਘਾਟਾ ਪੈ ਰਿਹਾ ਹੈ 2023 ਤੇ 24 ਦੇ ਵਿੱਚ ਲੋਕਾਂ ਨੂੰ ਜਿਹੜੇ ਲੋਕ ਪੈਨਸ਼ਨ ਲੈ ਰਹੇ ਹਨ ਇਹ ਜਿਹੜੀ ਕੈਲਕੂਲੇਸ਼ਨ ਹੈ ਜੀ ਸੀਜੀਆਈਐਲ ਦੇ ਵੱਲੋਂ ਕੀਤੀ ਗਈ ਹੈ ਇਹ ਜਿਹੜਾ ਪੈਸਾ ਹੈ ਜੀ 2000 ਜਿਹੜਾ ਕਟਿਆ ਜਾ ਰਿਹਾ ਇਸ ਕਰਕੇ ਕਟਿਆ ਜਾ ਰਿਹਾ ਹੈ ਕਿਉਂਕਿ 인ਫਲੇਸ਼ਨ ਜਿਹੜੀ ਵਧੀ ਹੈ ਸਰਕਾਰ ਦਾ ਇਹ ਕਹਿਣਾ ਹੈ ਨੈਕਸਟ ਖਬਰ ਜਿਹੜੀ ਚੱਲਦੀ ਹੈ ਜਿਹਦੇ ਉੱਤੇ ਇਹ ਜਿਹੜੀ ਖਬਰ ਹੈ ਜੀ ਪੰਜਾਬ ਦੇ ਨਾਲ ਸੰਬੰਧਿਤ ਹੈ ਪੰਜਾਬ ਦੇ ਵਿੱਚ ਜਿਹੜਾ ਜਲੰਧਰ ਪਿੰਡ ਹੈ ਜੀ ਉਹਦੇ ਨਾਲ ਇਸ ਖਬਰ ਸੰਬੰਧਿਤ ਹੈ ਜਲੰਧਰ ਦੇ ਵਿੱਚ ਇੱਕ ਘਰ ਜਿਹਦੇ ਵਿੱਚ ਦੱਸਿਆ ਗਿਆ ਹੈ ਕਿ 50 ਤੋਂ ਲੈ ਕੇ 60 ਦੇ ਕਰੀਬ ਜਿਹੜੇ ਗੈਸ ਦੇ ਸਿਲੰਡਰ ਰੱਖੇ ਹੋਏ ਸਨ ਅਚਾਨਕ ਹੀ ਇੱਕ ਸਿਲੰਡਰ ਨੂੰ ਜਿਹੜੀ ਅੱਗ ਲੱਗਦੀ ਹੈ ਉਸ ਤੋਂ ਵੱਧ ਧੁਮਾਕਾ ਹੁੰਦਾ ਹੈ ਦੱਸਿਆ ਗਿਆ ਹੈ ਕਿ ਇੱਕ ਤੋਂ ਬਾਅਦ ਜਿਹੜੇ ਹੋਰ ਸਿਲੰਡਰ ਸਨ ਉਹਨਾਂ ਨੂੰ ਵੀ ਆਗੂ ਪੈਣੀ ਸ਼ੁਰੂ ਹੋ ਗਏ ਤੇ ਧੁਮਾਕਾ ਇੰਨਾ ਜ਼ਬਰਦਸਤ ਸੀ ਕਿ ਜਿਹੜੀ ਮਕਾਨ ਦੀ ਛੱਤ ਸੀ ਉਹ ਬਿਲਕੁਲ ਜਿਹੜੀ ਉੱਡ ਚੁੱਕੀ ਸੀ ਇਹਦੇ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਬਾਕੀ ਦੇ ਨਾਲ ਹੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਹਾਂ ਨੈਕਸਟ ਵੀਡੀਓ ਲੈ ਕੇ ਫਿਰ ਮਿਲਦੇ ਹਾਂ ਜੀ ਤੁਸੀਂ ਵੀਡੀਓ ਦੇਖੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ